ਅਸਲਾਮੁਅਲੈਕਮ ਜੀ ਆ ਹੋ ਗਈ ਸਟਾਰਟ ਵੀਡੀਓ ਅੱਜ ਮੇਰਾ ਇਹ ਭਾਈ ਅਦੀਲ ਚੌਧਰੀ ਤੁਹਾਨੂੰ ਸਟੱਫ ਡੋਨਟ ਬਣਾਉਣਾ ਸਿਖਾਏਗਾ ਇਹ ਦੱਸ ਰਿਹਾ ਹੈ ਕਿਦਾਂ ਕਿਦਾਂ ਬਣਿਆ ਇਹਨਾਂ ਨੇ ਕਿੱਥੋਂ ਕਿੱਥੋਂ ਰੈਸিপি ਲੱਭੀ ਕਿਦਾਂ ਇਹ ਨੈਸ਼ਫ ਨੇ ਜਨੂਆ ਦਾ ਰੈਸਟੋਰੈਂਟ ਹੈਗਾ ਉੱਥੇ ਬਣਾਉਂਦੇ ਨੇ ਬੜੇ ਮਜ਼ੇਦਾਰ ਤੇ ਅੱਜ ਇਹਨਾਂ ਨੇ ਸੋਚਿਆ ਕਿ ਇਹ ਰੈਸিপি ਸਾਨੂੰ ਦੱਸ دی ਜਾਵੇ ਆ ਮੇਰਾ ਭਰਾ ਇੱਥੇ ਹੀ ਬੋਲ ਰਿਹਾ ਕਿ ਆ ਡਡੂਏ ਡੋਨਟ ਅੱਜ ਬਣਾਉਣੇ ਸਿਖਾਣੇ ਨੇ ਤੇ ਆਓ ਦੇਖਦੇ ਹਾਂ ਇਹ ਚ ਪੈਂਦਾ ਕੀ ਕੀ ਹੈਗਾ ਇਹ ਬਣਦਾ ਕਿਵੇਂ ਦਾ ਹੈਗਾ ਚਲੋ ਆਓ ਟਰਾਈ ਕਰੀਏ ਫਿਰ ਅੱਛਾ ਜੀ ਆਸਮਾਨ ਰੱਖ ਲਿਆ ਸਾਰਾ ਕੁਝ ਵਾਹ ਆਸਮਾਨ ਦਾ ਤਰਤੀਬ ਲਾਇਆ ਆ ਇੱਕ ਗੋਲ ਪੈਂਦੇ ਦਾ ਪਾਂਡਾ ਲੈ ਲਿਆ ਇਹਦੇ ਵਿੱਚ ਇਹਨੇ ਪਾ ਦਿੱਤੀ ਜੀ ਆਹਮ ਬਾਤ ਹੈ ਇਹਦੇ ਵਿੱਚ ਇਹਨੇ 250 ਗ੍ਰਾਮ ਤਕਰੀਬਨ ਇਹਨੇ ਇਹਦੇ ਵਿੱਚ ਪਾ ਦਿੱਤਾ ਮੈਦਾ ਅੱਛਾ ਜੀ ਮੈਦੇ ਨੂੰ ਛਾਣ ਲਿਆ ਕਰੋ ਇਹਦੇ ਵਿੱਚ ਕਦੀ ਕਦੀ ਨਾ ਬਿੱਠਾ-ਬੁੱਠਾ ਵੀ ਨਿਕਲ ਜਾਂਦੀ ਹੁੰਦੀਆਂ ਨੇ ਛਿਪਕਲੀ ਦੀਆਂ ਗੰਦੇ ਦੁਕਾਨ ਤੋਂ ਲੈ ਲੋ ਖਰਾ ਪਾ ਦਿੱਤੀਆਂ ਆ ਮੈਦਾ ਪਾਣ ਤੋਂ ਬਾਅਦ ਇਹਨੇ ਇਹਦੇ ਵਿੱਚ ਪਾ ਦਿੱਤਾ ਜੀ ਆਹ ਪਤਾ ਨਹੀਂ ਕਿਹੜੀ ਆ ਆਈਸ ਸ਼ੂਗਰ ਪਾ ਦਿੱਤੀ ਆਈਸ ਸ਼ੂਗਰ ਪਾ ਦਿੱਤੀ ਇਹਦੇ ਵਿੱਚ ਅੱਛਾ ਜੇ ਕਹਿੰਦੇ ਨੇ ਜੀ ਚੀਨੀ ਪੀਸ ਕੇ ਪਾ ਸਕਦੇ ਨੇ ਲੇਕਿਨ ਇਸ ਰੈਸিপি ਦੇ ਵਿੱਚ ਉਹ ਸਿਰਫ ਆਈਸ ਸ਼ੂਗਰ ਪਾ ਰਹੇ ਨੇ ਇਹਦੇ ਨਾਲ ਇਹਨੇ ਪਾ ਦਿੱਤਾ ਜੀ ਆਹ ਤਕਰੀਬਨ ਅੱਧਾ ਚਮਚਾ ਇਹਦੇ ਚ ਇਹਨੇ ਖਮੀਰ ਪਾ ਦਿੱਤਾ ਤਾਂ ਕਿ ਜਿਹੜੇ ਡੋਨਟ ਬਣਾਉਣਾ ਨਾ ਫੁੱਲੇ ਫੁੱਲੇ ਹੋਣ ਉਹਦਾਂ ਦਾ ਅਸੀਂ ਆਪ ਹੀ ਫੁੱਲੇ ਪਈ ਹੈਗੇ ਹਾਂ ਖਾ ਖਾ ਕੇ ਲੇਕਿਨ ਡੋਨਟ ਖਮੀਰ ਨਾਲ ਫੁੱਲਦੇ ਆ अच्छा ਇਹਦੇ ਵਿੱਚ ਪਾ ਦਿੱਤਾ ਇਹਨਾਂ ਨੇ ਥੋੜਾ ਜਿਹਾ ਲੋਨ ਪਾ ਦਿੱਤਾ ਲੋਨ ਯਾਨੀ ਕਿ ਨਮਕ ਨਮਕ ਯਾਨੀ ਕਿ ਸਾਲਟ ਇਹ ਪਾ ਦਿੱਤਾ ਇਹਨਾਂ ਨੇ ਇਹਦੇ ਵਿੱਚ اچھا ਹੁਣ ਇਹ ਕਹਿੰਦੇ ਨੇ ਕਿ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈਗੀ ਆ ਉਦੋਂ ਤਾਂ ਅਸੀਂ ਇਹਨਾਂ ਦੇ ਵਿੱਚ ਪੂਰੇ ਬ੍ਰਿਆਂਡੇ ਪਾਣਾ ਚਾਹੁੰਦੇ ਸੀਗੇ ਲੇਕਿਨ ਅੰਡੇ ਜਿਹੜੇ ਨੇ ਬਹੁਤ ਮਹਿੰਗੇ ਕਰ ਦਿੱਤੇ ਨੇ 20 25 ਰੁਪਏ ਦਾ ਤਾਂ ਇੱਕ ਅੰਡਾ ਹੋ ਗਿਆ ਵਾ ਦੱਸੋ ਤਾਂ ਦੁਕਾਨਾਂ ਤੇ ਜਾਓ ਕੋਈ ਕਹਿੰਦਾ ਜੀ ਐਸਵੀ ਦੇ ਅੰਡੇ ਤੇ ਇਹ ਬੋਲਿਆ ਤਾਂ ਅਸੀਂ ਕੀ ਕੀਤਾ ਕਿ ਸਿਰਫ ਨਾਲੇ ਜਰਦੀ ਪਾਵਾਂਗੇ ਉਹ ਤਾਂ ਮੈਂ ਮਜ਼ਾਕ ਕਰਦੀ ਪਈ ਸੀਗੀ ਇਹਦੇ ਵਿੱਚ ਪਾਣੀ ਸਿਰਫ ਤਿੰਨ ਅੰਡੇ ਦੀਆਂ ਜ਼ਰਦੀਆਂ ਨੇ ਤੇ ਸ਼ੁਗਰ ਉਹ ਕਿਸਫਾਇਦੀਆਂ ਬਚਈਆਂ ਨੇ ਸਵੇਰ ਨੂੰ ਆਮਲੇਟ ਬਣਾਉਣ ਦੇ ਵਿੱਚ ਕੰਮ ਆ ਜਾਣੀਆਂ ਠੀਕ ਅੱਛਾ ਜੀ ਆ ਪਾ ਦਿੱਤੇ ਆ ਇਹਨੇ ਆ ਤੀਸਰੀ ਆ ਗਈ ਜੀ ਆ ਬੜੇ ਤਰੀਕੇ ਨਾਲ ਇਹਨੇ ਜ਼ਰਦੀ ਕੱਢੀ ਤੇ ਆ ਜ਼ਰਦੀ ਹੁਣ ਇਹਦੇ ਵਿੱਚ ਮਿਕਸ ਹੋਣ ਲੱਗੀ ਹੈਗੀ ਆ ਬਹੁਤ ਵਧੀਆ ਵੇਸੇ ਭੜੀ ਹੁੰਦੀ ਆਂਡਿਆਂ ਦੀ ਅੱਛਾ ਜੀ ਆ ਇਹਨੇ ਤਕਰੀਬਨ 40 ਗ੍ਰਾਮ ਇਹਨੇ ਇਹਦੇ ਵਿੱਚ ਰੂਮ ਟੈਂਪਰੇਚਰ ਵਾਲਾ ਜਿਹੜਾ ਹੈਗਾ ਪਿਗਲਿਆ ਹੋਇਆ ਮੱਖਣ ਪਾ ਦਿੱਤਾ ਇਹਦੇ ਵਿੱਚ ਮੱਖਣ ਪਾ ਕੇ ਹੁਣ ਇਹਨੂੰ ਉਹਨਾਂ ਨੇ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਨੂੰ ਗੁੰਨ ਲਿਆ ਚੰਗੀ ਇੰਨਾ ਵੀ ਨਹੀਂ ਗੁੰਨਣਾ ਕਿ ਰੋਟੀਆਂ ਵਾਂਗੂ ਜਿਵੇਂ ਹੋ ਜਾਂਦਾ ਹੈਗਾ ਨਾ ਨਰਮ ਹੋਵੇ ਅਗਲਾ ਕਹਿੰਦਾ ਕਿ ਨਾ ਬਹੁਤਾ ਸਖਤ ਹੋਵੇ ਬਸ ਦਰਮਿਆਨ ਵਾਲੀ ਜਗ੍ਹਾ ਹੋਵੇ ਹੁਣ ਦਰਮਿਆਨ ਵਾਲੀ ਤਾਂ ਬੰਦੇ ਆਪਣੇ ਦਿਮਾਗ ਦੀ ਹੁੰਦੀ ਨਾ ਕਿਸੇ ਨੂੰ ਕਿੱਦਾਂ ਦਾ ਦਰਮਿਆਨ ਆਣਾ ਲੱਗਦਾ ਹੈਗਾ ਖੈਰ ਇਹਨੂੰ ਗੁੰਨੋ 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 ਲੈ ਵੀ ਗੁੰਨ ਗੁੰਨ ਕੇ ਆਵ ਕਰ ਦਿੱਤਾ ਜੋ ਹਾਲਾਤ ਨੇ ਨਾ ਅੱਜਕੱਲ ਬੰਦਿਆਂ ਨੂੰ ਗਰਮੀ ਹੈਗੀ ਹੈ ਬੰਦਿਆਂ ਨੇਦਰਕਰ ਨਾਲ ਨਾਲ बटे ਬੰਦੇ ਨੂੰ ਵੀ ਜਦੋਂ ਲਾਈਟ ਚਲੀ ਜਾਂਦੀ ਹੈ ਨਾ ਨਾਲ बटे ਬੰਦੇ ਨੂੰ ਇੱਧੇ ਬੰਦਾ ਫਟ ਕੇ ਨਾ ਗੋਨ ਦੇਵੇ ਐਵੇਂ ਹੀ ਮਤਲਬ ਕਿ ਐਵੇਂ ਬੰਦਾ ਕਚੀ ਜੀਆਂ ਆ ਰਹੀਆਂ ਹੁੰਦੀਆਂ ਨੇ ਖੈਰ ਇਹਨੂੰ ਗੋਨ ਲਿਆ ਹੁਣ ਅੱਛਾ ਜੀ ਹੁਣ ਇਹ ਫੇਰ ਹਲੇ ਮਸਲੀ ਜਾਂਦਾ ਪਿਆ ਹੈਗਾ ਵਾਹ ਵਾਹ ਇਹ ਬੰਦੇ ਨੇ ਜ਼ੋਰ ਲਾਇਆ ਦੇ ਉੱਤੇ ਉਹਨਾਂ ਨੇ ਇੱਕ ਪ੍ਰਾਂਤ ਲਏ ਉਹਦੇ ਵਿੱਚ ਥੋੜਾ ਜਿਹਾ ਮੈਦਾ ਛਿੜਕ ਲਿਆ ਇਹ ਉਹੀ ਤਰਕੀਬ ਆ ਜਿਵੇਂ ਆਪਣੇ ਘਰ ਦੇ ਵਿੱਚ ਨਹੀਂ ਆਪਾਂ ਕੁਕਿਸ਼ ਕਰਦੇ ਹੁੰਦੇ ਕਿ ਥੱਲੇ ਨਾ ਚਿਮੜੇ ਤਾਂ ਇਹ ਮੈਦਾ ਲਾਇਆ ਅੱਛਾ ਇਹ ਕਰਕੇ ਇਹਦੇ ਵਿੱਚ ਆ ਗੋਲ ਗੋਲ ਕਰਕੇ ਇਹਨੇ ਨਾ ਆਂਡੇ ਇਹ ਬਣਾ ਕੇ ਆ ਪੇੜੀਆਂ ਹੀ ਰੱਖ ਦਿੱਤੀਆਂ ਅੱਛਾ ਜਿਵੇਂ ਆਹ ਆਪਣੇ ਉਹ ਨਹੀਂ ਹੁੰਦੇ ਹੈਗੇ ਨੇ ਮੋਤੀ ਚੂੜੇ ਦੇ ਲੱਡੂ ਉਸ ਸਾਈਜ਼ ਦੇ ਬਣਾ ਕੇ ਰੱਖਦੇ ਇੱਥੇ ਉਤੋਂ ਇਹਨੇ ਆ ਜੀ ਲਾ ਦਿੱਤਾ ਪਲਾਸਕਟ ਕਿ ਤੁਹਾਡੇ ਕੋ ਪਲਾਸਕਟ ਨਾ ਹੋਵੇ ਕੋਈ ਗੱਲ ਨਹੀਂ ਦਸਤਰੀ ਪਾਉਣਾ ਆਰਾਮ ਦੇਣਾ ਉਹਨੂੰ ਬਿਨ ਕੇ ਰੱਖ ਦਵੋ ਤੇ ਇਹਨੂੰ ਤਕਰੀਬਨ ਅੱਧੇ ਘੰਟੇ ਵਾਸਤੇ ਰੱਖੋ ਅੱਧੇ ਘੰਟੇ ਬਾਅਦ ਇਹ ਜਿਹੜੇ ਅੰਡੇ ਨੇ ਇਹਨਾਂ ਡਬਲ ਹੋ ਜਾਣਾ ਹੈਗਾ ਆਹ ਦੇਖੋ ਜੀ ਆ ਮੇਰੇ ਭਾਈ ਨੇ ਆਪਣੀ ਦੁਕਾਨ ਵਾਸਤੇ ਵੀ ਤੜਨੇ ਸੀਗੇ ਇਹਨੇ ਇਹਦਾ ਵੀ ਸ਼ੋਰਟ ਪਾ ਦਿੱਤਾ ਵਿੱਚ ਤੇ ਆ ਹੁਣ ਹੋ ਗਏ ਨੇ ਤਿਆਰ ਵਾਵਾ ਵੱਡੇ ਵੱਡੇ ਹੋ ਗਏ ਨੇ ਡਬਲ ਸਾਈਜ਼ ਦੇ ਹੋ ਗਏ ਅੱਛਾ ਜੀ ਹੁਣ ਇਹਨਾਂ ਨੇ ਕੀ ਕੀਤਾ ਤਕਰੀਬਨ ਇਹਨਾਂ ਨੇ ਲੈ ਲਿਆ ਕੋਈ 2 2.5 ਕਿਲੋ ਤੇਲ ਲੈ ਲਿਆ ਤੇਲ ਇਹ ਕਹਿੰਦੇ ਨੇ ਕਿ ਜੀ ਨਾ ਇਹ ਹਲਕਾ ਗਰਮ ਹੋਵੇ ਨਾ ਇਹ ਤੇਜ਼ ਗਰਮ ਹੋਵੇ ਦਰਮਿਆਨ ਵਾਲੀ ਆਂਚ ਹੋਣੀ ਚਾਹੀਦੀ ਹੈਗੀ ਹੈ ਠੀਕ ਆ ਅੱਛਾ ਮਤਲਬ ਕਿ ਉਂਗਲੀ ਪਾਵਾਂ ਤਾਂ ਉਂਗਲੀ ਦਰਨਾ ਛੀ ਛੀ ਕਰਕੇ ચી ਨਿਕਲੇ ਬੰਦੇ ਦੀ ਅੱਛਾ ਹੁਣ ਇਹਨਾਂ ਨੇ ਆ ਡੋਨਟ ਲਿਆ ਇੱਕ ਆ ਚੁੱਕੀ ਆ ਆ ਬੜੀ ਚੀਜ਼ ਚੰਗੀ ਚੀਜ਼ ਆ ਭਾਈ ਆ ਮੈਂ ਵੀ ਲੈਣੀ ਹੈਗੀ ਚਿਮੜੀ ਨੇ ਥੱਲੇ ਅੱਛਾ ਹੁਣ ਇਹਨੇ ਹੱਥਾਂ ਦੇ ਨਾਲ ਫੜ ਫੜ ਕੇ ਇਹਦੇ ਚ ਪਾ ਦਿੱਤੇ ਆ ਲੈ ਵੀ ਆ ਹੁਣ ਭਗਾਨੇ ਵਾਂਗੂ ਫੁੱਲਣ ਲੱਗੇ ਨੇ ਕੀ ਬਾਤ ਹੈ ਕੀ ਬਾਤ ਹੈ ਇਹ ਤਾਂ ਉਹੀ ਹੋ ਗਿਆ ਦੂਰ ਸੇ ਦੇਖਾ ਤੂੰ ਗੰਜੇ ਉਛਲ ਰਹੇ ਦੇ ਪਾਸ ਆ ਕੇ ਦੇਖਾ ਤੂੰ ਅੰਡੇ ਉਬਲ ਰਹੇ ਥੇ ਉਹੀ ਗੱਲ ਹੋਈ ਹੈ ਤਾਂ ਤੀ ਡੋਨਟ ਉੱਪਰ ਦੇ ਵਿੱਚ ਹੁਣ ਨਣੇ ਪਕਾਣਾ ਸ਼ੁਰੂ ਕਰਦਾ ਬਹੁਤਾ ਨਹੀਂ ਪਕਾਣਾ ਹੈਗਾ ਜਦੋਂ ਇੱਕ ਪਾਸੇ ਉਹ ਲੋ ਗੋਲਡਨ ਇਹ ਹੋ ਜਾਣ ਤੇ ਇਹਨਾਂ ਦਾ ਮੱਧੂ ਠੱਪ ਦੋ ਆ ਪਾਸਾ ਕਰ ਦੂਸਰੇ ਪਾਸੇ ਲਿਆਓ ਆ ਲੈ ਜੀ ਆ ਪਕਾਣੇ ਵਾਂਗੂ ਫੁੱਲ ਗਏ ਆਹਾ ਕੀ ਜ਼ਬਰਦਸਤ ਕੀ ਮਜ਼ਾ ਆ ਰਿਹਾ ਵਸੇ ਦੇਖ ਕੇ ਨਾ ਅਣੇਆਂ ਨੂੰ ਅੱਛਾ ਜੀ ਹੁਣ ਫੇਰੇ ਹੋ ਗਏ ਹੁਣ ਦੂਸਰੇ ਪਾਸੇੋਂ ਇਦਾਂ ਹੀ ਕਰਕੇ ਇਹਨੂੰ ਥੋੜਾ ਜਿਹਾ ਪਕਾ ਲਵੋ ਥੋੜਾ ਜਿਹਾ 골ਡਨ ਇਹ ਹੋ ਗਏ ਉਸ ਤੋਂ ਬਾਅਦ ਤੁਸੀਂ ਆਰਾਮ ਦੇ ਨਾਲ ਇੱਕ ਇੱਕ ਕਰਕੇ ਨਾ ਇਹਨਾਂ ਨੂੰ ਇਸ ਚ ਪ੍ਰਾਂ ਦੇ ਵਿੱਚ ਲਾ ਲਵੋ ਤੇ ਤੇਲ ਆ ਜਾਊ ਕੋਈ ਮਾੜਾ ਇਹ ਕੋਈ ਗੱਲ ਨਹੀਂ ਹੈਗੀ ਨਾਲ ਇਹਨੇ ਭਾਈ ਨੇ ਮੇਰੇ ਨੇ ਆ ਹੁਣ ਆ ਆਇਲ ਇੰਦਾਂ ਕੱਢ ਲਿਆ ਆ ਦੇਖੋ ਆਹ ਕਿਆ ਜ਼ਬਰਦਸ ਪਾਪੇ ਵਰਗੀ ਨਹੀਂ ਸ਼ਕਲ ਨਹੀਂ ਲੱਗ ਰਹੀ ਹੈਗੀ ਦੁਕਾਨਾਂ 'ਚ ਜਿਹੜੇ ਪਾਪੇ ਮਿਲਦੇ ਨੇ ਨਿੱਕੇ ਨਿੱਕੇ ਉੱਦਾਂ ਦੇ ਲੱਗ ਰਹੇ ਨੇ ਖੈਰ ਇਹ ਬੜੇ ਪੋਲੇ ਪੋਲੇ ਨੇ ਡੋਨਟ ਤੇ ਹੁਣ ਇਹਨਾਂ ਦੇ ਤਿਆਰ ਹੋ ਗਏ ਨੇ ਫਰਾਈ ਹੋ ਗਏ ਹੁਣ ਇਹਦੇ ਚ ਇਹਨਾਂ ਨੇ ਸੈੱਟ ਕਰ ਲਿਆ ਥੋੜਾ ਠੰਡੇ ਹੋ ਜਾਣ ਜਦੋਂ ਇਹ ਫਿਰ ਇਹਦੇ ਵਿੱਚ ਇਹਨਾਂ ਨੇ ਕਰਨੀ ਹੈਗੀ ਉਹਨੂੰ ਫੀਲਿੰਗ ਇਹਨਾਂ ਨੇ ਹੁਣ ਆ ਵਿੱਚ ਆ ਸੂਈ ਯਾਰ ਡੰਡੀ ਲੈ ਕੇ ਇਹਦੇ ਚ ਕਰ ਦਿੱਤੀ ਹੈਗੀ ਮੋਰੀ ਮੋਰੀ ਕਹਿ ਲਓ ਸਰਾਖ ਕਹਿ ਲਓ ਮਤਲਬ ਕਿ ਅੰਦਰ ਖੱਡਾ ਪਾ ਦਿੱਤਾ ਤਾਂ ਕਿ ਇਹਦੇ ਚ ਹੁਣ ਕੋਈ ਚੀਤ ਭਰੀ ਜਾ ਸਕੇ ਤੇ ਆ ਖੱਡਾ ਪੈ ਗਿਆ ਵਾ ਤੇ ਹੁਣ ਇਹਦੇ ਵਿੱਚ ਇਹ ਪਹਿਲੀ ਕਰਨਗੇ ਜੀ ਆਹਾ ਆਈਸ ਪਤਾ ਨਹੀਂ ਕਿਹੜੀ ਹੈਗੀ ਆ ਉਹਹੋਲੀ ਕਰ ਦਿੱਤੀ ਹੈ ਨੇ ਫਿਲਿੰਗ ਹੋ ਰਹੀ ਹੈਗੀ ਇਹਦੇ ਨਾਲ ਹੀ ਹੁਣ ਉਹਦੇ ਆਹ ਚਾਕਲੇਟ ਵਾਲੀ ਫਿਲਿੰਗ ਕਰ ਦਿੱਤੀ ਹੈਗੀ ਮਤਲਬ ਦੋ ਤਿੰਨ ਡਿਫਰੈਂਟ ਕਿਸਮ ਦੀ ਨੇ ਫਿਲਿੰਗਾਂ ਲੈ ਕੇ ਉਹਨਾਂ ਨੇ ਭਰ ਦਿੱਤਾ ਹੈਗਾ ਤੇ ਆ ਦੋਸ ਤੀਸਰੀ ਵੀ ਪਾ ਦੇਤੀ ਕੀ ਬਾਤ ਹੈ ਲੈ ਵੀ ਲੈ ਪਾ ਗਿਆ ਪਾ ਗਿਆ ਪਾ ਗਿਆ ਫਟ ਗਿਆ ਪੜ ਗਿਆ ਕੜ ਲਾ ਭਾਈ ਕੜ ਲਾ ਪਟਿਆ ਪੜ ਆ ਬਸ ਅੱਛਾ ਜੀ ਹੁਣ ਹੋ ਗਿਆ ਹੈਗਾ ਹੁਣ ਇਹਨੂੰ ਰਾਮ ਦੇ ਨਾਲ ਰੱਖਦੇ ਆ ਤੇ ਦੇਖਦੇ ਆ ਕਿ ਅੱਛਾ ਜੀ ਭਾਈ ਨੇ ਉਦਾਂ ਦਾ ਤਸ ਪਾਈ ਰੱਖੇ ਹੋ ਫੁਲਾਣੇ ਬੜੇ ਦਸਤਾਨੇ ਤੋਂ ਨੇ ਆ ਉੱਤੇ ਹੁਣ ਸੀਰਮ ਪਾਣ ਲੱਗੇ ਗੰਦੇ ਹੱਥਾਂ ਦੇ ਨਾਲ ਹੀ ਲੱਗ ਗਿਆ ਹੈਗਾ ਚਲੋ ਕੋਈ ਨਹੀਂ ਕੀ ਭਲਾ ਇਦਾਂ ਹੀ ਬਹੁਤ ਟੇਸਟੀ ਬਣਦੇ ਹੋਣਗੇ ਹੱਥਾਂ ਦਾ ਵੀ ਜ਼ਾਇਕਾ ਹੁੰਦਾ ਨਾ ਅੱਛਾ ਆ ਉੱਤੇ ਹੁਣ ਆਈਸਕ੍ਰੀਮ ਸ਼ੂਗਰ ਪੀਸੀ ਹੋਈ ਜਿਹੜੀ ਸੀ ਆ ਉਹਦੇ ਉੱਤੇ ਹੋਰ ਪਾ ਦਿੱਤੀ ਆਹਾਹਾ ਬੜਾ ਮੇਰੇ ਮੂੰਹ 'ਤੇ ਪਾਣੀ ਆ ਰਿਹਾ ਦੇਖ ਕੇ ਤੇ ਆ ਹੁਣ ਹੋ ਗਏ ਨੇ ਤਿਆਰ ਹੁਣ ਮੇਰਾ ਭਾਈ ਮੈਂ ਲਾਦਾ ਇਹਨੂੰ ਖਾ ਕੇ ਦਿਖਾਊਗਾ ਖੋਲ ਕੋ ਕੇ ਆਹ ਲਾ ਮੱਕੂ ਟੱਪ ਦਿੱਤਾ ਤੇ ਕਰਕੇ ਪਹਾੜ ਬਣਾਤਾ ਇਹਨਾਂ ਦਾ ਆਹ ਭਾਈ ਕੀ ਬਾਤ ਹੈ ਆ ਜਿੰਨਾ ਸੋਹਣਾ ਮੇਰਾ ਭਾਈ ਹੈਗਾ ਇਹਨੂੰ ਤਾਂ ਮੋਡਲਿੰਗ ਕਰਨੀ ਚਾਹੀਦੀ ਹੈਗੀ ਲੇਕਿਨ ਦੇਖ ਲੋ ਸ਼ੌਕ ਦਾ ਕੋਈ ਮੌਲ ਨਹੀਂ ਅਗਲੇ ਨੇ ਮੋਡਲਿੰਗ ਨੂੰ ਕਿਹਾ ਦਫਾ ਹੋ ਤੇ ਰਾਮ ਦੇ ਨਾਲ ਖਾਣ ਪੀਣ ਨਾਲ ਪਾਸੇ ਆਇਆ ਜਿੱਥੇ ਬੰਦੇ ਦਾ ਆਪਣਾ ਇਹ ਭਾਈ ਵੀ ਮੇਰਾ ਨਾ ਵੈਸੇ ਖਾਣ ਪੀਣ ਦਾ ਬੜਾ ਹੀ ਸ਼ਕੀਨ ਹੈਗਾ ਵਾਵਾ ਹੀ ਖਾਂਦਾ ਹੈਗਾ ਆਹ ਲ ਹੁਣ ਇਹ ਪਾੜਨ ਲੱਗਿਆ ਇੱਕ ਨੂੰ ਆਹ ਹਾ ਹਾ ਆ ਪਾੜ ਦਿੱਤੀ ਤੇ ਵਿੱਚ ਕੀ ਬਾਤ ਹੈ ਬੋਲੀ ਬੋਲੀ ਆ ਦੋਨੋਂ ਪਾਸੇ ਹੁਣ ਚੈੱਕ ਕਰਦਾ ਕਿ ਸਹੀ ਜਗ੍ਹਾ ਤੇ ਗਈ ਹੈਗੀ ਅੱਛਾ ਉਹ ਕਿੱਥੇ ਕੀਤੀ ਮਨ ਲੱਗਾ ਕਿਸੇ ਹੋਰ ਨੂੰ ਭੁੱਖ ਲੱਗੀ ਸੀ ਉਹਨੂੰ ਚੁੱਕ ਦੇ ਦਿਤੀ ਅੱਛਾ ਆ ਹੁਣ ਆ ਦੂਸਰੀ ਗੱਡੀ ਹੁਣ ਇਹਨੂੰ ਇਹ ਟਰਾਈ ਕਰਨ ਲੱਗਿਆ ਵਾ ਕਿ ਦੇਖੀ ਤੇ ਖਾ ਕੇ ਕਿਦਾਂ ਦਾ ਲੱਗਦਾ ਹੈਗਾ ਲੈ ਭਾਈ ਇਕੱਲੇ ਇਕੱਲੇ ਖਾਣ ਲੱਗਾ ਮੈਨੂੰ ਤਾਂ ਬੁੱਝਣਾ ਤੇਰੀ ਭੈਣ ਤੈਨੂੰ ਦੇਖਦੀ ਪਈ ਹੈਗੀ ਆ ਕੀ ਬਾਤ ਹੈ ਮੈਨੂੰ ਜਿਸ ਤਰ੍ਹਾਂ ਭਾਈ ਨੇ ਕੀ ਬਾਤ ਹੈ ਬਹੁਤ ਔਲਾ ਬਹੁਤ ਔਲਾ ਜ਼ਬਰਦਸ ਆ ਹੁਣ ਕਹਿ ਰਿਹਾ ਕਿ ਹੁਣ ਤੁਸੀਂ ਖਾਣਾ ਤਾਂ ਮੇਰੀ ਦੁਕਾਨ ਤੇ ਆਓ ਇੱਥੇ ਜਿਹੜਾ ਹੈਗਾ ਜਨੂਨ ਰੈਸਟੋਰੈਂਟ ਹੈਗਾ ਇਹਦਾ ਤੇ ਇੱਥੇ ਆਓ ਤੇ ਇੱਥੇ ਆ ਕੇ ਖਾਓ ਤੇ ਮਾਜਾ ਉਡਾਓ